ਸਾਡੇ ਜ਼ਮਾਨੇ ਦੀ ਸਭ ਤੋਂ ਅਜੀਬ ਗੱਲ ਇਹ ਹੈ ਕਿ ਸਾਡੀਆਂ ਇਮਾਰਤਾਂ ਬਹੁਤ ਉੱਚੀਆਂ ਹੋ ਗਈਆਂ ਹਨ ਤੇ ਸਾਡੇ ਇਰਾਦੇ ਬਹੁਤ ਨੀਵੇਂ। ਸਾਡੀਆਂ ਸੜਕਾਂ ਚੌੜੀਆਂ ਹੋ ਗਈਆਂ ਹਨ ਪਰ ਸਾਡੀਆਂ ਸੋਚਾਂ ਸੌੜੀਆਂ ਹੋ ਗਈਆਂ ਹਨ। ਸਾਡੇ ਮਕਾਨ ਵੱਡੇ ਹੋ ਗਏ ਹਨ ਤੇ ਪਰਿਵਾਰ ਛੋਟੇ ਹੋ ਰਹੇ ਹਨ। ਸਹੂਲਤਾਂ ਸਾਰੀਆਂ ਹੋ ਗਈਆਂ ਹਨ ਪਰ ਇਹਨਾਂ ਨੂੰ ਮਾਨਣ ਦਾ ਸਮਾਂ ਘਟ ਗਿਆ ਹੈ। ਅਸੀਂ ਖਰੀਦਦੇ ਵਧੇਰੇ ਹਾਂ, ਵਰਤਦੇ ਘੱਟ ਹਾਂ। ਦਵਾਈਆਂ ਵੱਧ ਗਈਆਂ ਹਨ, ਤੰਦਰੁਸਤੀ ਗਵਾਚ ਗਈ ਹੈ। ਅਸੀਂ ਬੋਲਦੇ ਵਧੇਰੇ ਹਾਂ, ਸੁਣਦੇ ਘੱਟ ਹਾਂ। ਗੱਲਾਂ ਪਿਆਰ ਕਰਨ ਦੀਆਂ ਕਰਦੇ ਹਾਂ ਪਰ ਵਿਹਾਰ ਨਫ਼ਰਤ ਕਰਨ ਵਾਲਾ ਕਰਦੇ ਹਾਂ। ਅਸੀਂ ਚੰਨ 'ਤੇ ਅੱਪੜ ਗਏ ਹਾਂ ਪਰ ਗੁਆਂਢੀ ਨੂੰ ਮਿਲਣਾ ਭੁੱਲ ਗਏ ਹਾਂ। ਸਾਡੀਆਂ ਅਰਦਾਸਾਂ ਵੱਧ ਗਈਆਂ ਹਨ ਪਰ ਸ਼ਰਧਾ ਘੱਟ ਗਈ ਹੈ। ਗਿਣਤੀ ਹਰ ਚੀਜ਼ ਦੀ ਵੱਧ ਗਈ ਹੈ, ਗੁਣ ਹਰ ਚੀਜ਼ ਦੇ ਘੱਟ ਗਏ ਹਨ। ਕੱਦ ਲੰਬੇ ਹੁੰਦੇ ਜਾ ਰਹੇ ਹਨ, ਚਰਿੱਤਰ ਛੋਟੇ ਹੁੰਦੇ ਜਾ ਰਹੇ ਹਨ। ਡਿਗਰੀਆਂ ਵੱਧ ਗਈਆਂ ਹਨ, ਅਕਲ ਘੱਟ ਗਈ ਹੈ। ਬਟੂਏ ਭਰੇ ਪਏ ਹਨ, ਰਿਸ਼ਤੇ ਖੋਖਲੇ ਹੋ ਗਏ ਹਨ। ਸੰਸਾਰ ਵਿੱਚ ਸ਼ਾਂਤੀ ਲਈ ਜਲੂਸ ਕੱਢਦੇ ਹਾਂ, ਘਰ ਵਿੱਚ ਨਿੱਤ ਲੜਦੇ ਹਾਂ। ਮਕਾਨ ਬਹੁਤ ਪੱਕੇ ਬਣ ਰਹੇ ਹਨ, ਰਿਸ਼ਤੇ ਬਿਲਕੁਲ ਕੱਚੇ ਹੋ ਗਏ ਹਨ। ਕੱਪੜੇ ਬਹੁਤ ਵਿਕਣ ਲੱਗ ਪਏ ਹਨ ਪਰ ਰਿਵਾਜ ਨੰਗੇਜ ਵਾਲਾ ਹੋ ਗਿਆ ਹੈ। ਅਸੀਂ ਗੱਲਾਂ ਸੇਵਾ ਦੀਆਂ ਕਰਦੇ ਹਾਂ, ਸੋਚਦੇ ਲੁੱਟਣ ਬਾਰੇ ਹਾਂ। ਅਸੀਂ ਕਸਮਾਂ ਵਧੇਰੇ ਖਾਂਦੇ ਹਾਂ, ਸੱਚ ਕਦੇ ਬੋਲਦੇ ਹੀ ਨਹੀਂ। ਇਹ ਹੈ ਸਾਡੇ ਜ਼ਮਾਨੇ ਦਾ ਵਿਰੋਧਾਭਾਸ।